बिस्मिल्लाहिर्रहमानिर्रहीम जी असल वाले वरहमत मैं उम्मीद करती हूँ जी तुसे सब अल्हद रहमत अली बहुत ही वीया होवोगे जी अब मैं लै गई हूँ बच्चों वास्ते रैसीपी बहुत ही लाजवाब ते जबरदस्त तरीके अब आप बनावे जी छोटू चटपटा नूडलस कनौर नूडल्स वैजिटेबल बहुत ही आसान तरीके लाजवाब जी बन वास्ते जी अभी मटर लै लें छोटा बड़ी कटे हुए प्याज गाजर लै लियाँ टमाटर लै लिया तो सूँ चाहिए जी हरिया मिर्चा नाल जी आज चाहिए कनौर छोटू चटपटा मसाला नूडल्स के शुरू करा पर असिपी बह ਬਹੁਤੀ ਆਸਾਨੇ ਤਰੀਕੇ ਨਾਲ ਸਭ ਤੋਂ ਪਹਿਲਾਂ ਜੇ ਤੁਸੀਂ ਕਿਉਰ ਲੈ ਲੈਣਾ ਹੈ ਉਹਨੂੰ ਇਸੇ ਗਰਮ ਕਰਕੇ ਉਹਦੇ ਵਿੱਚ ਤੁਸੀਂ ਬ੍ਰੇਕ ਕਟਿਆ ਹੋਇਆ ਪਿਆਜ਼ ਸ਼ਾਮਿਲ ਕਰ ਦੇਣਾ ਹੈ ਨਾਲ ਜੀ ਤੁਸੀਂ ਇਹਨੂੰ ਥੋੜਾ ਜਿਹਾ ਤੜਕਾ ਲਵਾ ਲੈਣਾ ਇਹਦੇ ਵਿੱਚ ਤੁਸੀਂ ਸ਼ਾਮਿਲ ਕਰਦੇ ਨੇ ਜੀ ਹਰੀਆਂ ਮਿਰਚਾਂ ਇਸ ਤਰੀਕੇ ਦੇ ਨਾਲ ਜੀ ਛੋਟੇ ਛੋਟੇ ਬ੍ਰੇਕ ਕਟੀਆਂ ਹੋਈਆਂ ਸੀਆਂ ਮੈਂ ਇਹਨਾਂ ਨੂੰ ਥੋੜਾ ਜਿਹਾ ਤੁਸੀਂ ਸੇਕ ਲਵਾ ਲੈਣਾ ਥੋੜਾ ਜਿਹਾ ਇਸੇ ਭੁੰਨ ਲੈਣਾ ਨਾਲ ਇਸੇ ਸ਼ਾਮਿਲ ਕਰ ਦੇਣਾ ਇਹਦੇ ਵਿੱਚ ਟਮਾਟਰ ਬ੍ਰੇਕ ਕਟਿਆ ਹੋਇਆ ਬਿਸਮਿਲਲਾਹਿ ਰਹਿਮਨ ਰਹੀਮ ਬਹੁਤੀ ਆਸਾਨੇ ਤਰੀਕੇ ਨਾਲ ਤੇ ਲਾਜਵਾਬ ਜੇ ਇਹ ਬਣ ਜਾਂਦੇ ਆ ਇਹਨਾਂ ਨੂੰ ਜੀ ਅਸੀਂ ਥੋੜਾ ਜਿਹਾ ਭੁੰਨ ਲੈਣਾ ਕਿਉਂ ਦੇਖੋ ਦੇ ਵਿੱਚ ਥੋੜਾ ਜਿਹਾ ਦੀਪਣਾਈ ਕਰ ਲੈਣੀ ਆ ਅਸੀਂ ਜੀ ਇਸ ਤਰੀਕੇ ਦੇ ਨਾਲ ਬਹੁਤ ਹੀ ਲਾਜਵਾਬ ਬਣਦੇ ਆ ਜੀ ਬਹੁਤ ਹੀ ਮਜ਼ੇਦਾਰ ਬਣਦੇ ਆ ਬੱਚੇ ਤੁਸੀਂ ਜ਼ਰੂਰ ਬਣਾ ਕੇ ਇਸ ਤਰੀਕੇ ਦੇ ਨਾਲ ਜ਼ਰੂਰ ਬਣਾ ਕੇ ਦਿਓ ਇਹਦੇ ਵਿੱਚ ਅਸੀਂ ਇਹਨੂੰ ਇਹਦੀ ਪੁਨਾਈ ਕਰਕੇ ਥੋੜਾ ਜਿਹਾ ਵਿੱਚ ਇਹਦੇ ਪਾਣੀ ਸ਼ਾਮਿਲ ਕਰਦੇ ਨੇ ਤਾਂ ਕਿ ਅਸੀਂ ਇਹਦੇ ਵਿੱਚ ਮਸਾਲੇ ਜਿਹੜੇ ਆ ਨਾ ਉਹ ਸ਼ਾਮਿਲ ਕਰ ਜਾਈਏ ਇਹਦੇ ਵਿੱਚ ਸਭ ਤੋਂ ਪਹਿਲਾਂ ਤੁਸੀਂ ਸ਼ਾਮਿਲ ਕਰ ਦੇਣੀ ਹੈ ਦਰਦਰੀ ਮਿਰਚ ਨਾਲ ਤੁਸੀਂ ਸ਼ਾਮਿਲ ਕਰ ਦੇਣਾ ਜੀ ਥੋੜਾ ਜਿਹਾ ਨਮਕ ਨਾਲੇ ਸੇ ਇਹਦੇ ਵਿੱਚ ਸ਼ਾਮਿਲ ਕਰ ਦੇਣਾ ਹੈ ਜੀ ਦਨੀਆ ਪਾਊਡਰ ਸੁੱਕੇ ਦਨੀਆ ਦਾ ਪਾਊਡਰ ਜਿਆਦਾ ਸੀ ਮਸਾਲੇ ਸ਼ਾਮਿਲ ਨਹੀਂ ਕਰੇ ਬਸ ਇਹ ਤਿੰਨ ਵਿੱਚ ਚੀਜ਼ਾਂ ਅਸੀਂ ਸ਼ਾਮਿਲ ਕਰਨੀਆਂ ਵਾ ਤੇ ਇਹਨਾਂ ਨੂੰ ਅਸੀਂ ਜੀ ਇਸ ਤਰੀਕੇ ਦੇ ਨਾਲ ਭੁੰਨ ਲੈਣਾ ਵਾ ਤੇ ਆਪਣੇ ਜ਼ਾਇਕੇ ਦੇ ਮੁਤਾਬਕ ਜਿੰਨੇ ਆਕੇ ਤੁਹਾਨੂੰ ਤੁਸੀਂ ਸਪਾਈਸੀ ਚਾਹੁੰਦੇ ਉਹਨੇ ਉਹਨੇ ਹੀ ਤੁਸੀਂ ਚੀਜ਼ਾਂ ਉਹਨੇ ਮਸਾਲੇ ਤੁਸੀਂ ਵਿੱਚ ਸ਼ਾਮਿਲ ਕਰ ਲਓ ਠੀਕ ਹੈ ਜੀ ਤੇ ਇਹਨਾਂ ਨੂੰ ਜੀ ਅਸੀਂ ਇਹਨੂੰ ਵਧੀਆ ਜੈ ਇਹਨੂੰ ਭੁੰਨ ਲੈਣਾ ਅਸੀਂ ਇਸ ਤਰੀਕੇ ਦੇ ਨਾਲ ਜੀ ਇਹਦੇ ਬਣਾਈ ਕਰ ਲਓ ਤੇ ਇਥੇ ਨਾਲ ਹੀ ਤੁਸੀਂ ਸ਼ਾਮਿਲ ਕਰ ਦਿਓ ਜੀ ਇਹਦੇ ਵਿੱਚ ਟਮਾਟਰ ਥੋੜੇ ਜਿਮੇ ਮਟਰ ਲੈ ਸੀਗੇ ਜੀ ਨਾਲ ਤੁਸੀਂ ਸ਼ਾਮਿਲ ਕਰ ਦੋ ਬਰੀਕ ਛੋਟੇ ਛੋਟੇ ਕਟੀਆਂ ਹੋਈਆਂ ਗਾਜਰਾ बिस्मिल्लाहिर्रहमानिर्रहीम और रहीम होर भी अगर तो सब्जियाँ शा शामिल करना चाहो बंद गोभी हो या फिर और भी कोई शमला मर्च होती हो भी शामिल कर सकते हो जी कोई मसला नहीं आदा जी इन्हें थोड़ा जो असी सेक लवा के पका के पुन लैना तो ये हम असी शामिल कर देना इतने अं दोनौर नूडल जे असी के मसाला नूडल असी दो ही कप पानी के शामिल करा ठीक है जी अगर एक पैकेट होंगे फिर असी एक कप शामिल करना असं दो पैकेट अप शामिल करा पानी शामिल करके जी असी इस तरीके असी नूडल्स जो शामिल कर देने बिस्मिल्ला ਬਹੁਤ ਹੀ ਆਸਾਨ ਤਰੀਕਾ ਤੇ ਕੁਵਿਕ ਤੇ ਈਜ਼ੀ ਰੈਸਪੀ ਹੈ ਤੁਸੀਂ ਜ਼ਰੂਰ ਟਰਾਈ ਕਰਨੀ ਆ ਤੁਸੀਂ ਜ਼ਰੂਰ ਬਣਾ ਕੇ ਬਚਨ ਦੇਣੀ ਆ ਜੀ ਬਹੁਤ ਹੀ ਆਸਾਨ ਤਰੀਕੇ ਨਾਲ ਦੋ ਤਰੀਕੇ ਨਾਲ ਬਣ ਜਾਂਦੀ ਹੈ ਇੱਕ ਬਹੁਤ ਹੀ ਆਸਾਨ ਤਰੀਕਾ ਪਾਣੀ ਨੂੰ ਬੋਇਲ ਕਰੋ ਤੇ ਤੁਸੀਂ ਵਿੱਚ ਨੂਡਲ ਸ਼ਾਮਿਲ ਕਰਕੇ ਪਚਿਦਾ ਜੀ ਤੁਸੀਂ ਮਸਾਲਾ ਸ਼ਾਮਿਲ ਕਰ ਦੋ ਤੇ ਚਿਕਨ ਜਿਹੜੇ ਸਾਡੇ ਨੂਡਲਸ ਉਹ ਤਿਆਰ ਹੋ ਜਾਂਦੇ ਤੇ ਇਸ ਤਰੀਕੇ ਨਾਲ ਵੀ ਤੁਸੀਂ ਜ਼ਰੂਰ ਬਣਾ ਕੇ ਦੇਖਿਓ ਤੇ ਹੁਣ ਜੀ ਇੱਥੇ ਸੀ ਸ਼ਾਮਿਲ ਕਰ ਦੇਣਾ ਇਹਦਾ ਮਸਾਲਾ ਜਿਹੜਾ ਪੈਕੇਟ ਦੇ ਵਿੱਚੋਂ ਮਸਾਲਾ ਨਿਕਲਦਾ ਹੈ ਨਾ ਉਹ ਅਸੀਂ ਇੱਥੇ ਸ਼ਾਮਿਲ ਕਰ ਦਿੰਦੇ ਹਾਂ ਦੋਨੋਂ ਪੈਕੇਟ ਜਿਹੜੇ ਹਨਾ ਸੀ ਛੋਟੇ ਇਹ ਵਿੱਚ ਸ਼ਾਮਿਲ ਕਰ ਦਿੰਨੇ ਇਨਾਂ ਨੂੰ ਸ਼ਾਮਿਲ ਕਰਕੇ ਥੋੜਾ ਜਿਹਾ ਹਲਾ ਲੈਣਾ ਹੈ ਇਸ ਤਰ੍ਹਾਂ ਜਿਵੇਂ ਚਮਚੇ ਦੇ ਮਦਦ ਨਾਲ ਤਾਂ ਕਿ ਮਸਾਲਾ ਜਿਹੜਾ ਵਧੀਆ ਜਿਹਾ ਮਿਕਸ ਹੋ ਜਾਏ ਵਿੱਚ ਠੀਕ ਹੈ ਜੀ ਤੇ ਇਹਨਾਂ ਨੂੰ ਜੀ ਅਸੀਂ ਟੱਕੇ ਤੇ ਪਕਾ ਲਵਾਂਗੇ ਉਹਨੇ ਦੇਰ ਤੱਕ ਜਬ ਤੱਕ ਇਹਦਾ ਪਾਣੀ ਖੁਸ਼ਕ ਨਹੀਂ ਹੋ ਜਾਂਦਾ ਤੇ ਵਿੱਚ ਵਿੱਚ ਜਿਹੜਾ ਨਾ ਤੁਸੀਂ ਇਦਾਂ ਖੋਲ ਕੇ ਤੇ ਚਮਚਾ ਹਲਾ ਕੇ ਤੇ ਇਹਨਾਂ ਨੂੰ ਚੈੱਕ ਕਰੀ ਜਾਣਾ ਤੇ ਵਧੀਆ ਜਿਹਾ ਇਹਨਾਂ ਨੂੰ ਇਹ ਚਮਚੇ ਦੇ ਮਦਦ ਨਾਲ ਹਲਾ ਲੈਣਾ ਠੀਕ ਹੈ ਜੀ ਤੇ ਮਾਸ਼ਾਅੱਲਾ ਜੀ ਅਲਹਮਦੁਲਿਲਾ ਇਹਨਾਂ ਨੂੰ ਅਸੀਂ ਟੱਕੇ ਤੇ ਵਧੀਆ ਜਿਹਾ ਪਕਾ ਲਿਆ ਬਹੁਤ ਹੀ ਵਧੀਆ ਤੇ ਬਹੁਤ ਹੀ ਮਜ਼ੇਦਾਰ ਜਿਹਾ ਸਾਡੇ ਨੂਡਲਜ਼ ਤਿਆਰ ਹੋ ਗਏ ਵ ਕਿਆ ਤੇ ਹੋ ਜੀ ਅਸੀਂ ਇਹਨੂੰ ਇੱਕ ਪਲੇਟ ਦੇ ਵਿੱਚ ਕੱਢ ਲਵਾਂਗੇ ਬismillahirrahmanirrahim ਬੋਦੀ ਆਸਾਨਾਂ ਦੇ ਬਹੁਤ ਹੀ ਮਜ਼ੇਦਾਰ ਬੱਚਿਆਂ ਨੂੰ ਜ਼ਰੂਰ ਤੁਸੀਂ ਬਣਾ ਕੇ ਦੇਣਾ ਤੇ ਤੁਸੀਂ ਲੰਚ ਬਾਕਸ ਵਿੱਚ ਵੀ ਤੁਸੀਂ ਇਹਨਾਂ ਨੂੰ ਬਣਾ ਕੇ ਤੇ ਇਸ ਤਰੀਕੇ ਨਾਲ ਦੇ ਸਕਦੇ ਹੋ ਮਾਸ਼ਾਅੱਲਾ ਜੀ ਅਲਹਮਦੁਲਿਲਾ ਬਹੁਤ ਹੀ ਵਧੀਆ ਤੇ ਬਹੁਤ ਹੀ ਮਜ਼ੇਦਾਰ ਜੇ ਸਾਡੇ ਨੂਡਲ ਜਿਹੜੇ ਤਿਆਰ ਹੋ ਗਿਆ ਅਗਰ ਜੀ ਤੁਹਾਨੂੰ ਮੇਰੀ ਵੀਡੀਓ ਲੱਗ ਚੰਗੀ ਲੱਗੀ ਹੋਵੇ ਤੇ ਮੇਰੇ ਬਣਾ ਦਾ ਤਰੀਕਾ ਤੁਹਾਨੂੰ ਵਧੀਆ ਲੱਗਾ ਹੋਵੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਮੇਰੀ ਵੀਡੀਓ ਨੂੰ ਲਾਈਕ ਕਰ ਜ਼ਰੂਰ ਕਰਨਾ ਦਿਨੋ ਆਪਣੇ ਦੋਸਤਾਂ ਰਿਸ਼ਤੇਦਾਰਾਂ ਤੱਕ ਵੀ ਸ਼ੇਅਰ ਜ਼ਰੂਰ ਕਰਨਾ ਦਿਓ ਮਾਸ਼ਾਅੱਲਾ ਜੀ ਅਲਹਮਦੁਲਿਲਾ ਅੱਲਾਹ ਪਾਕ ਤੁਹਾਨੂੰ ਦਰਾਵਾਗੇ ਜੀ ਇੱਕ ਨਵੀਂ ਵੀਡੀਓ ਲੈ ਕੇ ਓਨੀ ਦੇਰ ਤੱਕ ਜੀ ਅੱਲਾ ਹਾਫਿਜ਼